सरपंची चुनावों में हल्का गिल में पड़ते बसंत एवेन्यू से चुनाव चिन्ह अलमारी पर चुनाव लड़ रही मेहता और उनके पति का कहना है कि वे विकास के मुद्दे पर चुनाव लड़ रहे हैं और डोर दो टू डोर कैंपेन के दौरान भी इलाका निवासियों बसंत एवेन्यूच हल्का गिल दिसम्बर ग्राम पंचायत चोना जी इस इलाके तो मेरे धर्म पत्नी रितु मेहता जी ਬਤੌਰ ਸਰਪੰਚ ਕੈਂਡੀਡੇਟ ਹੈਗੇ ਅਸੀਂ ਬਸੰਤ ਐਵੇਨਿਊ ਦੀ ਬਿਹਤਰੀ ਲਈ ਬਸੰਤ ਐਵੇਨਿਊ ਦੀ ਡਿਵੈਲਪਮੈਂਟ ਲਈ ਪੂਰੀ ਟੀਮ ਬਸੰਤ ਐਵੇਨਿਊ ਦੇ ਵਿੱਚ ਇਲੈਕਸ਼ਨ ਵਿੱਚ ਕੰਟੈਸਟ ਕਰਵਾਈ ਹੈ ਜੀ ਇੱਕ ਨੰਬਰ ਵਾਰਡ ਤੋਂ ਲੈ ਕੇ 9 ਨੰਬਰ ਵਾਰਡ ਤੱਕ ਹਰ ਵਾਰਡ ਦੇ ਵਿੱਚ ਅਸੀਂ ਪੰਜ ਖੜੇ ਕੀਤੇ ਨੇ ਪੂਰੀ ਟੀਮ ਜਿਹੜੀ ਅਸੀਂ ਲੈ ਕੇ ਆ ਰਹੇ ਹਾਂ ਬਹੁਤ ਹੀ ਮਿਹਨਤੀ ਬਹੁਤ ਹੀ ਡੈਡੀਕੇਟਿਡ ਬਹੁਤ ਹੀ ਇਮਾਨਦਾਰ ਸਟਰਨਲ ਬੰਦੇ ਜੁੜੇ ਆਗੇ ਇੱਕ ਨੰਬਰ ਵਾਰਡ ਤੋਂ ਸਾਡੇ ਨਾਲ ਸਰਦਾਰ ਜਗਤਾਰ ਸਿੰਘ ਜੀ ਜੋ ਇਲੈਕਟ੍ਰਿਟੀ ਬੋਰਡ ਤੋਂ ਐਕਸਟ੍ਰੀਮ ਰਿਟਾਇਰਡ ਹੈਗੇ ਉਹ ਯੂਨਾਨੀ ਮਸਤੀ ਸਾਡੇ ਪੰਚ ਬਣੇ ਹੈਗੇ ਆਪਣੀ ਸੇਵਾਵਾਂ ਸਾਨੂੰ ਸੋਸਾਇਟੀ ਨੂੰ ਬਸੰਤ ਦੇ ਵੈਨਿਊ ਨੂੰ ਉਹ ਦੇਣ ਨੂੰ ਪੂਰੀ ਤਰ੍ਹਾਂ ਤਿਆਰ ਨੇ 2 ਨੰਬਰ ਵਾਰਡ ਤੋਂ ਸਾਡੇ ਸਾਖਸ਼ੀ ਭੰਡਾਰੀ ਜੀ ਸਾਡੇ ਪੰਚ ਬਣੇ ਨੇ ਬੜੀ ਮਿਹਨਤੀ ਤੇ ਇਮਾਨਦਾਰ ਉਹਨਾਂ ਦਾ ਸਾਥ ਵੀ ਸਾਨੂੰ ਪੂਰਾ ਮਿਲੇਗਾ ਉਹ ਵੀ ਯੂਨਾਨੀ ਮਸਤੀ ਪੰਚ ਜਿੱਤ ਚੁੱਕੇ ਨੇ 3 ਨੰਬਰ ਵਾਰਡ ਤੋਂ ਸਾਡੇ ਸੁਭਾਸ਼ ਜੀ ਦੇ ਧਰਮ ਪਤਨੀ ਰੀਟਾ ਕਰਜੀ ਪੰਜ ਯੂਨਾਨੀ ਮਸਲੀ ਜਿੱਤ ਚੁੱਕੇ ਹੈਗੇ ਅਸੀਂ 4 ਨੰਬਰ ਵਾਰਡ ਤੋਂ ਦਿਵਿੰਦਰ ਕੌਰ ਜੀ ਨੂੰ 5 ਨੰਬਰ ਵਾਰਡ ਤੋਂ ਰਾਖੀ ਬਹਿਲ ਜੀ ਨੂੰ 6 ਨੰਬਰ ਵਾਰਡ ਤੋਂ ਜਗਦੀਪ ਸਿੱਧੂ ਜੀ ਨੂੰ ਬਤੌਰ ਪੰਚ ਕੈਂਡੀਡੇਟ ਖੜਾ ਕੀਤਾ ਹੈ 7 ਨੰਬਰ ਵਾਰਡ ਤੋਂ ਸਾਡੇ ਕਮਲਜੀਤ ਸਿੰਘ ਜੀ ਜਿਹੜੇ ਹੈਗੇ ਯੂਨਾਨੀ ਮਸਲੀ ਪੰਚ ਜਿੱਤ ਚੁੱਕੇ ਹਨ 8 ਨੰਬਰ ਵਾਰਡ ਤੋਂ ਅਸੀਂ ਸੁਰੇਂਦਰ तिवारी ਜੀ ਨੂੰ ਨਾਲ ਬਤੌਰ ਪੰਚ ਆਪਣੇ ਨਾਲ ਲਿਆ 9 ਨੰਬਰ ਵਾਰਡ ਤੋਂ ਵਿਜੇ ਭੋਲਾ ਜੀ ਸਾਡੇ ਪੰਚ ਹੈਗੇ ਸਾਡੀ ਜਿਹੜੀ ਇਹ ਟੀਮ ਬਣ ਰਹੀ ਹੈ ਜੀ ਬਹੁਤ ਹੀ ਅਸੀਂ ਬਸੰਤ ਐਵੇਨਿਊ ਦੇ ਵਿੱਚ ਜਿਹੜੀ ਇਹ 10 ਮੈਂਬਰੀ ਟੀਮ ਬਣਾਉਣ ਜਾ ਰਹੇ ਹਾਂ ਅਸੀਂ ਬਸੰਤ ਐਵੇਨਿਊ ਦੇ ਸਭ ਨਿਵਾਸੀਆਂ ਨੂੰ ਅਪੀਲ ਕਰਨੇ ਆ ਕਿ ਸਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਡੀ ਟੀਮ ਨੂੰ ਕਾਮਯਾਬ ਬਣਾਓ ਅਸੀਂ ਸਾਰਿਆਂ ਨੂੰ ਇਹ ਵਿਸ਼ਵਾਸ ਦਿਲਾਣੇ ਆ ਕਿ ਅਸੀਂ ਟੀਮ ਬਣਾਉਣ ਤੋਂ ਬਾਅਦ ਬਸੰਤ ਐਵੇਨਿਊ ਤੋਂ ਇੱਕ 11 ਮੈਂਬਰ ਹੋਰ ਨਾਮਿਨੇਟ ਕਰਾਂਗੇ ਅਸੀਂ ਬਸੰਤ ਐਵੇਨਿਊ ਦੀ ਇੱਕ 21 ਮੈਂਬਰੀ ਕਮੇਟੀ ਬਣਾਵਾਂਗੇ ਸਾਰੇ ਬਸੰਤ ਐਵੇਨਿਊ ਦੇ ਨਿਵਾਸੀਆਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਨੇ ਆ ਇਥੇ ਸਾਰੀ ਸਾਨੂੰ ਸੇਵਾ ਦਾ ਮੌਕਾ ਦਿਓ ਅਸੀਂ ਇੱਕ ਬਹੁਤ ਵਧੀਆ ਟੀਮ ਬਣਾਉਣ ਜਾ ਰਹੇ ਹਾਂ ਪਬਲਿਕ ਦਾ 21 ਰੁਪਿਆ ਵੀ ਪਬਲਿਕ ਦੀ ਕੰਸੈਂਟ ਦੇ ਬਿਨਾ ਖਰਚ ਨਹੀਂ ਹੋਏਗਾ ਹਰ ਕੰਮ ਜਿਹੜਾ ਹੈਗਾ ਬਸੰਤ ਐਵੇਨਿਊ ਟ੍ਰਾਂਸਪੇਰੈਂਟ ਹੋਏਗਾ ਬਸੰਤ ਐਵੇਨਿਊਲੀ ਡਵੈਲਪਮੈਂਟ ਵਾਸਤੇ ਅਸੀਂ ਦਿਨ ਰਾਤ ਇੱਕ ਕਰਾਂਗੇ ਸਾਰਿਆਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਮੇਰੇ ਧਰਮਪਤੀ ਤਿਤੂ ਮਹਿਤਾ ਜੀ ਤੇ ਉਹਨਾਂ ਦੀ ਟੀਮ ਨੂੰ ਕਾਮਯਾਬ ਬਣਾਓ